पनीर कबाब सोया कबाब तो तुम्हें बहुत बार खाधे हो गए लेकिन अब ले मिक्स वेजिटेबल कबाब की रेसिपी जो कि बहुत ही ज्यादा टेस्टी बनती है बहुत ही मज़ेदार रेसिपी है जो तो भी तुसी बना के ट्राई करोगे तुम्हें जरूर पसंद आएगी बिल्कुल रेस्टोरेंट स्टाइल कबाब बन के रेडी हो गाइज वेलकम बैक टू आर यूट्यूब चैनल होप तो ही सारे ठीक होवोगे चलो आप सब तो पहले वैजिटेबल्स शॉप करा सा जी वेजिटेबल्स है सारे यूज कर लिया नेवेलेबल हो ही यूज करियो सो गाइज घर बैठे ਬੈਠੇ ਘਰ ਬਿਨਾ ਪੈਸਾ ਖਰਚ ਕੀਤੇ ਇਦਾਂ ਵਧੀਆ ਕਬਾਬ ਖਾਣ ਨੂੰ ਮਿਲ ਜਾਂਦੇ ਤੇ ਮਜ਼ਾ ਹੀ ਆ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਗੋਭੀ ਨੂੰ ਚੌਪ ਕੀਤਾ ਹੈ ਰਫਲੀ ਚੌਪ ਕੀਤਾ ਉਸ ਤੋਂ ਬਾਅਦ ਅਸੀਂ ਫਲੀਆਂ ਰਫਲੀ ਚੌਪ ਕੀਤੀਆਂ ਨੇ ਵੈਜੀਟੇਬਲਸ ਅਸੀਂ ਪਹਿਲਾਂ ਹੀ ਸਾਰੀਆਂ ਵਾਸ਼ ਕਰ ਲਈਆਂ ਸੀ ਹੁਣ ਇੱਥੇ ਸੇ ਸ਼ਿਮਲਾ ਮਿਰਚ ਨੂੰ ਵੀ ਰਫਲੀ ਚੌਪ ਕਰ ਲਾਂਗੇ ਅਸੀਂ ਸਾਰੀਆਂ ਵੈਜੀਟੇਬਲਸ ਇਸ ਕਰਕੇ ਰਫਲੀ ਚੌਪ ਕਰ ਰਹੇ ਹਾਂ ਕਿਉਂਕਿ ਅਸੀਂ ਇਹਨਾਂ ਦਾ ਇੱਕ ਵਧੀਆ ਮਿਕਸਚਰ ਬਣਾਣਾ ਹੈ ਮਿਕਸੀ ਜਾਰ ਵਿੱਚ ਗ੍ਰाइंड ਕਰਕੇ ਸੋ ਇੱਥੇ Shimla Mirch ਵੀ ਚੌਪ ਹੋ ਗਈ ਹੈ ਹੁਣ ਇਹਦੇ ਵਿੱਚ ਅਸੀਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਐਡ ਕਰਨ ਜਾ ਰਹੇ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਹਰੀਆਂ ਮਿਰਚਾਂ ਚੌਪ ਕਰਕੇ ਐਡ ਕਰ ਸਕਦੇ ਹੋ ਨਾਲ 1 ਇੰਚ ਅਦਰਕ ਅਸੀਂ ਰਫਲੀ ਚੌਪ ਕਰਕੇ ਇਹਦੇ ਵਿੱਚ ਐਡ ਕਰਤਾ ਹੈ ਹੁਣ ਅਸੀਂ ਸਾਰੀਆਂ ਚੀਜ਼ਾਂ ਚੌਪ ਕਰ ਲੀਆਂ ਨੇ ਨਾਲ ਹੀ ਥੋੜਾ ਜਿਹਾ ਅਸੀਂ ਕੜੀ ਪੱਤਾ ਵੀ ਚੌਪ ਕੀਤਾ ਹੈ ਇਹਨੂੰ ਵੀ ਐਡ ਕਰਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂ ਅਸੀਂ ਨੂੰ ਗ੍ਰाइंड ਕਰਨਾ ਹੈ ਇਹਦੇ ਵਿੱਚ ਪਾਣੀ ਵਗੈਰਾ ਐਡ ਕਰਨ ਦੀ ਕੋਈ ਲੋੜ ਨਹੀਂ ਹੈ ਔਰ ਬਹੁਤ ਜ਼ਿਆਦਾ ਦਰਦਰਾ ਨਹੀਂ ਮਿਕਸਚਰ ਅਸੀਂ ਬਣਾਉਣਾ ਹਲਕਾ ਹਲਕਾ ਦਰਦਰਾ ਬਣਾਣਾ ਹੈ ਦਾਣੇਦਾਰ ਬਣਾਣਾ ਹੈ ਜਿਹਦਾ ਟੈਕਸਚਰ ਬਹੁਤ ਜ਼ਿਆਦਾ ਅੱਛਾ ਆਂਦਾ ਟੇਸਟ ਵੀ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਸੋ ਇਸ ਤਰੀਕੇ ਦਾ ਦੇਖ ਸਕਦੇ ਹੋ ਮਿਕਸਚਰ ਅਸੀਂ ਬਣਾ ਕੇ ਰੈਡੀ ਕਰਨਾ ਹੈ ਕਲਰ ਵੀ ਇਹਦਾ ਬਹੁਤ ਸੋਹਣਾ ਆਇਆ ਹੈ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਬੋਇਲ ਪੋਟੈਟੋ ਸਾਡੇ ਕੋਲ ਘਰ ਬੋਇਲ ਪੋਟੈਟੋ ਆਲਰੇਡੀ ਪਏ ਹੋ ਇਸੇ ਤੁਸੀਂ ਬੋਇਲ ਕਰਕੇ ਵੀ ਐਡ ਕਰ ਸਕਦੇ ਹੋ ਇਸ ਤਰੀਕੇ ਅਸੀਂ ਇਹਨੂੰ ਗ੍ਰੇਟ ਕਰਕੇ ਐਡ ਕਰਾਂਗੇ ਅਗਰ ਜਦੋਂ ਗ੍ਰੇਟ ਕਰਕੇ ਐਡ ਕਰਦੇ ਆ ਨਾ ਕੋਈ ਵੀ ਲਮਜ਼ ਨਹੀਂ ਰਹਿ ਜਾਂਦੇ ਔਰ ਜਦੋਂ ਕਿਸੇ ਵੀ ਚੀਜ਼ 'ਚ ਅਸੀਂ ਆਲੂ ਮਿਕਸ ਕਰਨੇ ਹੋ ਉਹਨਾਂ ਤੇ ਬੜੇ ਆਸਾਨੀ ਨਾਲ ਐਡ ਹੋ ਜਾਂਦੇ ਨੇ ਜਦੋਂ ਅਸੀਂ ਇਹਨਾਂ ਨੂੰ ਗ੍ਰੇਟ ਕਰਕੇ ਐਡ ਕਰਦੇ ਆ ਸੋ ਇੱਥੇ ਅਸੀਂ ਆਲੂ ਵੀ ਮਿਕਸਚਰ ਵਿੱਚ ਐਡ ਕਰਤੇ ਨੇ ਹੁਣ ਅਸੀਂ ਐਡ ਕਰਾਂਗੇ ਕੌਰਨ ਫਲਾਰ ਔਰ ਮੈਦਾ ਕੌਰਨ ਫਲਾਰ ਔਰ ਮੈਦਾ ਅਸੀਂ ਇੱਕ ਕੌਲੀ ਵਿੱਚ 3 ਟੇਬਲस्पून ਤੇਲ ਵਿੱਚ ਐਡ ਕਰਤੇ ਨੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਬ੍ਰੈਡ ਕ੍ਰੰਬਸ ਬ੍ਰੈਡ ਕ੍ਰੰਬਸ ਅਸੀਂ 4 ਟੇਬਲस्पून ਐਡ ਕੀਤੇ ਨੇ ਬ੍ਰੈਡ ਕ੍ਰੰਬਸ ਮੈਦਾ ਔਰ ਕਾਰਨਫਲੌਰ ਐਡ ਕਰਨ ਦੇ ਨਾਲ ਕਬਾਬ ਵਿੱਚ ਬਹੁਤ ਵਧੀਆ ਤਰੀਕੇ ਦੀ ਬਾਈਂਡਿੰਗ ਆਂਦੀ ਏ ਔਰ ਬਣ ਕੇ ਬਹੁਤ ਵਧੀਆ ਤਰੀਕੇ ਰੈਡੀ ਹੁੰਦੇ ਨੇ ਔਰ ਫਰਾਈ ਹੋਣ ਵੇਲੇ ਫਟਦੇ ਵੀ ਨਹੀਂ ਹੁਣ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ 1 ਟੇਬਲस्पून ਨਮਕ 1 ਟੇਬਲस्पून ਗਰਮ ਮਸਾਲਾ 1 ਟੇਬਲस्पून ਲਾਲ ਮਿਰਚ 1/2 ਟੇਬਲस्पून ਹਲਦੀ ਸਪਾਈਸਿਸ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਐਡ ਕਰ ਸਕਦੇ ਹੋ 1/2 ਟੇਬਲस्पून ਢੇਗੇ ਮਿਰਚ 1/2 ਜੀਰਾ اور ਥੋੜਾ ਜਿਹੇ ਦੇ ਵਿੱਚ ਅਸੀਂ ਹੋਮ ਮੇਡ ਮਸਾਲਾ ਐਡ ਕੀਤਾ ਹੈ ਹਾਫ ਟੇਬਲस्पून اور ਹਾਫ ਟੇਬਲस्पून ਕਾਲੀ ਮਿਰਚੀ ਐਡ ਕੀਤੀ ਹੈ اور ਹਾਫ ਟੇਬਲस्पून આમਚੂਰ ਐਡ ਕੀਤਾ ਹੈ ਸਾਰੀ ਸਪਾਈਸਿਸ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਸਾਰੀ ਸਪਾਈਸਿਸ ਨੂੰ ਮਟੀਰੀਅਲ ਦੇ ਵਿੱਚ ਚੰਗੀ ਤਰ੍ਹਾਂ ਦੋਨੋਂ ਹੱਥਾਂ ਦੇ ਨਾਲ ਐਡ ਕਰਾਂਗੇ ਔਰ ਮਸਲ ਕੇ ਇੱਕ ਵਧੀਆ ਤਰੀਕੇ ਦਾ ਡੋ ਬਣਾ ਕੇ ਰੈਡੀ ਕਰਾਂਗੇ ਇਸ ਤਰੀਕੇ ਅਸੀਂ ਬਹੁਤ ਹੀ ਈਜ਼ੀਲੀ ਕਬਾਬ ਦਾ ਡੋ ਕਰ ਰੈਡੀ ਕਰ ਸਕਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਮਿਕਸਚਰ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਇਹਨੂੰ ਅਸੀਂ 5-10 ਮਿੰਟ ਤੱਕ ਜਿਸ ਤਰ੍ਹਾਂ ਅਸੀਂ ਆਟੇ ਨੂੰ ਮਸਲ ਕੇ ਗੁੰਦੇ ਹਾਂ ਉਸ ਤ ਦੇਖ ਸਕਦੇ ਹੋ ਇੱਥੇ ਕਿੰਨੇ ਵਧੀਆ ਤਰੀਕੇ ਨਾਲ ਡੋ ਬਣ ਕੇ ਰੈਡੀ ਹੋ ਚੁੱਕਿਆ ਹੈ ਦੇਖ ਸਕਦੇ ਹੋ ਗਾਇਸ ਤੁਸੀਂ ਡੋ ਵੇਖਣ ਚ ਕਿੰਨਾ ਜ਼ਿਆਦਾ ਸਮੂਥ ਲੱਗ ਰਿਹਾ ਹੈ ਬਿਲਕੁਲ ਵੀ ਕ੍ਰੈਕਸ ਨਹੀਂ ਦਿਖ ਰਹੇ ਇਹਦੇ ਵਿੱਚ ਇਸੇ ਤਰੀਕੇ ਦਾ ਡੋ ਗਾ ਤੁਹਾਡਾ ਬਣ ਕੇ ਵਧੀਆ ਤਰੀਕੇ ਰੈਡੀ ਹੋਏਗਾ ਨਾ ਫੇਰੀ ਤੁਹਾਡੇ ਕਬਾਬ ਵਧੀਆ ਬਣ ਕੇ ਰੈਡੀ ਹੋਣਗੇ ਹੁਣ ਹਲਕਾ ਜਿਹਾ ਸੀ ਹੱਥ ਉੱਤੇ ਆਇਲ ਲਗਾ ਕੇ ਸਾਰੇ ਡੋ ਉੱਤੇ ਆਇਲ ਲਗਾਤਾ ਹੈ ਹੁਣ ਅਸੀਂ ਹਲਕੇ ਹੱਥਾਂ ਨਾਲ ਕਬਾਬ ਬਣਾਉਣਾ ਸ਼ੁਰੂ ਕਰਦੇ ਆ ਅਸੀਂ ਹੱਥ ਉੱਤੇ ਹਲਕਾ ਹਲਕਾ ਆਇਲ ਲਗਾ ਲਿਆ ਹੈ ਇਸ ਤਰੀਕੇ ਅਸੀਂ ਉਹ ਕਬਾਬ ਬਣਾਵਾਂਗੇ ਜਿਸ ਅਸੀਂ ਕਬਾਬ ਵਿੱਚ ਤੁਸੀਂ ਸੀਕ ਯੂਜ਼ ਕਰਦੇ ਹੋ ਇਹ ਦੂ ਦੀ ਮਦਦ ਨਾਲ ਲੰਬੇ ਲੰਬੇ ਕਬਾਬ ਬਣਾਵਾਂਗੇ ਤੁਸੀਂ ਚਾਹੋ ਤੇ ਰਾਉਂਡ ਸ਼ੇਪ ਦੇ ਵੀ ਕਬਾਬ ਬਣਾ ਕੇ ਰੈਡੀ ਕਰ ਸਕਦੇ ਜਿੱਦਾਂ ਤੁਹਾਨੂੰ ਅੱਛੇ ਲੱਗਦੇ ਉਸ ਤਰੀਕੇ ਦੇ ਬਣਾ ਕੇ ਰੈਡੀ ਕਰ ਸਕਦੇ ਅਸੀਂ ਤੇ ਅੱਜ ਲੰਬੇ ਵਾਲੇ ਔਰ ਗੋਲ ਵਾਲੇ ਦੋਨੋਂ ਤਰੀਕੇ ਦੇ ਕਬਾਬ ਬਣਾਵਾਂਗੇ ਔਰ ਗਾਇਸ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਤੇ ਜਾ ਕੇ ਸੋਇਆ ਕਬਾਬ ਦੀ ਵੀਡੀਓ ਨਹੀਂ ਵੇਖੀ ਉਹ ਵੀ ਜਲਦੀ ਜਲਦੀ ਜਾ ਕੇ ਸੋਇਆ ਕਬਾਬ ਦੀ ਵੀਡੀਓ ਵੇਖੋ ਉਹ ਵਾਲੇ ਕਬਾਬ ਵੀ ਬਹੁਤ ਜ਼ਿਆਦਾ ਟੇਸਟੀ ਬਨੇ ਸੀ ਔਰ ਉਸ ਤਰੀਕੇ ਦੇ ਵੀ ਟਰਾਈ ਕਰੋ ਔਰ ਇਹ ਵਾਲੇ ਵੀ ਟਰਾਈ ਕਰੋ ਦੋਨੋਂ ਹੀ ਕਬਾਬ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਤੇ ਉੱਥੇ ਸਾਡੇ ਸਾਰੇ ਵੈਜੀਟੇਬਲਸ ਵਾਲੇ ਕਬਾਬ ਹੁੰਦੇ ਜਿਆਦਾ ਫਰਕ ਨਹੀਂ ਹੁੰਦਾ ਇਹਨਾਂ ਵਿੱਚ ਬਸ ਇਹਦੇ ਵਿੱਚ ਵੈਜੀਟੇਬਲਸ ਐਡ ਹੁੰਦੀਆਂ ਔਰ ਉਹਦੇ ਵਿੱਚ ਨਾਨਵੈਜ ਐਡ ਹੁੰਦਾ ਪਰ ਜਦੋਂ ਤੁਸੀਂ ਇੱਕ ਵਾਰੀ ਵੈਜੀਟੇਬਲਸ ਵਾਲੇ ਕਬਾਬ ਖਾ ਲੋਗੇ ਨਾ ਨਾਨਵੈਜ ਵਾਲੇ ਵਾਕਈ ਖਾਣਾ ਭੁੱਲ ਜੋਗੇ ਇਹਦਾ ਟੇਸਟ ਜਿਆਦਾ ਬੈਟਰ ਹੁੰਦਾ ਹੈ ਉਹਨਾਂ ਨਾਲੋਂ ਸੋ ਇਸ ਤਰੀਕੇ ਸਾਡੇ ਸਾਰੇ ਕਬਾਬ ਬਣ ਕੇ ਤੇ ਰੈਡੀ ਹੋ ਗਏ ਨੇ ਹੁਣ ਅਸੀਂ ਫਟਾਫਟ ਆਇਲ ਗਰਮ ਕਰਨ ਲਈ ਰੱਖ ਲੈਣੇ ਆ ਉਸ ਤੋਂ ਬਾਅਦ ਅਸੀਂ ਤੁਹਾਨੂੰ ਪਲੇਟ ਸਰਵ ਕਰਕੇ ਵਿਖਾਵਾਂਗੇ ਸੋ ਅਸੀਂ ਪੈਨ ਵਿੱਚ ਆਇਲ ਐਡ ਕਰਾਂਗੇ ਅਸੀਂ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਨਾ ਸ਼ੈਲੋ ਫਰਾਈ ਹੀ ਕਰਨਾ ਹੈ ਸੋ ਸ਼ੈਲੋ ਫਰਾਈ ਕਰਨ ਕਬਾਬ ਇਹਦੇ ਵਿੱਚ ਐਡ ਕਰਾਂਗੇ ਔਰ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ ਤੁਸੀਂ ਡੀਪ ਫਰਾਈ ਕਰਨਾ ਚਾਹੁੰਦੇ ਹੋ ਤਾਂ ਡੀਪ ਫਰਾਈ ਵੀ ਕਰ ਸਕਦੇ ਹੋ ਬਟ ਫਰਕ ਇੰਨਾ ਹੁੰਦਾ ਹੈ ਕਿ ਸ਼ੈਲੋ ਫਰਾਈ ਵਿੱਚ ਕਬਾਬ ਘੱਟ ਆਇਲ ਅਬਜ਼ਰਬ ਕਰਦਾ ਹੈ ਔਰ ਜਦੋਂ ਅਸੀਂ ਉਹਨੂੰ ਡੀਪ ਫਰਾਈ ਕਰਦੇ ਹਾਂ ਫਿਰ ਉਹ ਜ਼ਿਆਦਾ ਆਇਲ ਅਬਜ਼ਰਬ ਕਰ ਲੈਂਦਾ ਹੈ ਫਿਰ ਜਦੋਂ ਅਸੀਂ ਖਾਂਦੇ ਹਾਂ ਤੇ ਫਿਰ ਮੂੰਹ ਵਿੱਚ ਵੀ ਟੇਸਟ ਨਹੀਂ ਜ਼ਿਆਦਾ ਅੱਛਾ ਆਂਦਾ ਉਹਦਾ ਆਇਲ ਦਾ ਟੇਸਟ ਜ਼ਿਆਦਾ ਆਂਦਾ ਹੈ ਸੋ ਇਸ ਕਰਕੇ ਅਸੀਂ ਇਹਨੂੰ ਸ਼ੈਲੋ ਫਰਾਈ ਹੀ ਕਰਾਂਗੇ ਸੋ ਇਸ ਤਰੀਕੇ ਪਲਟਾ-ਪਲਟਾ ਕੇ ਇਹਨਾਂ ਨੂੰ ਅਸੀਂ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਬ੍ਰਾਊਨ ਕਲਰ ਆ ਕਬਾਬ ਫਰਾਈ ਕਰਨ ਦੀ ਜਿਹੜੇ ਤੁਹਾਨੂੰ ਜਿਆਦਾ ਅੱਛੇ ਲੱਗਦੇ ਬੈਟਰ ਲੱਗਦੇ ਤੁਸੀਂ ਦੋਨਾਂ ਵਿੱਚੋਂ ਕੋਈ ਵੀ ਬਣਾ ਸਕਦੇ ਹੋ ਜਾਂ ਫਿਰ ਦੋਨੋਂ ਵੀ ਬਣਾ ਸਕਦੇ ਹੋ ਹੁਣ ਅਸੀਂ ਇੱਕ ਇੱਕ ਕਰਕੇ ਸਰਕਲ ਵਾਲੇ ਕਬਾਬ ਵੀ 팬 ਵਿੱਚ ਐਡ ਕਰਾਂਗੇ ਔਰ ਇਹਨਾਂ ਨੂੰ ਸ਼ੈਲੋ ਫਰਾਈ ਕਰ ਲਾਂਗੇ ਪਲਟ ਪਲਟ ਕੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਵਧੀਆ ਕ੍ਰਿਸਪੀ ਔਰ ਕਰੰਚੀ ਕਰਾਂਗੇ ਸੋ ਗਾਇਜ਼ ਜਿਹੜੇ ਜਿਹੜੇ ਮੇਰੇ ਫਰੈਂਡਸ ਫਸਟ ਟਾਈਮ ਮੇਰੀ ਵੀਡੀਓ ਵੇਖ ਰਹੇ ਨੇ ਔਰ ਉਹਨਾਂ ਨੇ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਜਲਦੀ ਜਾ ਕੇ ਫਟਾਫਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਘਰ ਬੈਠੇ ਬ ਸਬਸਕ੍ਰਾਈਬ ਕਰੋ ਬਿਲਕੁਲ ਫ੍ਰੀ ਰੈਸਟੋਰੈਂਟ ਸਟਾਈਲ ਰੈਸਪੀਜ਼ ਇੰਜੋਏ ਕਰੋ ਮੇਰੀਆਂ ਵੀਡੀਓਜ਼ ਵੇਖ ਕੇ ਸੋ ਜਿਹੜੀ ਹੋਰ ਨੈਕਸਟ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਪਲੀਜ਼ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਵੀ ਨੈਕਸਟ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਔਰ ਜੇ ਤਾਂ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਸਕਦੇ ਹੋ ਸਾਡੇ ਬਿਲਕੁਲ ਕ੍ਰਿਸਪੀ ਔਰ ਕਰੰਚੀ ਵਾਲੇ ਕਬਾਬ ਬਣ ਕੇ ਰੈਡੀ ਹੋ ਚੁੱਕੇ ਨੇ ਸੋ ਇਸ ਤਰੀਕੇ ਦੇ ਮਿਕਸ ਵੈਜ ਕਬਾਬ ਬਣਾ ਕੇ ਜ਼ਰੂਰ ਟਰਾਈ ਕਰਿਓ ਗਾਇਜ਼ ਬਹੁਤ ਜ਼ਿਆਦਾ ਟੇਸਟੀ ਹ ਰੋਟੀ ਬਣਾ ਕੇ ਖਵਾਇਓ ਵਾਕੇ ਹੀ ਜੇ ਅਗਰ ਨਾਨਵੇਜ ਵਾਲੇ ਖਾਂਦੇ ਹੋਣਗੇ ਨਾ ਤੇ ਨਾਨਵੇਜ ਵਾਲੇ ਖਾਣਾ ਭੁੱਲ ਜਾਣਗੇ ਅਟਰਾਈ ਕਰਕੇ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਸੋ ਹੁਣ ਅਸੀਂ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ